ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਵਾਰੀ ਫਿਰ ਹਾਜ਼ਰ ਹਾਂ ਤੀਰਥ ਸਿੰਘ ਪਿਨੈਕਲ ਜੀ ਦੇ ਨਾਲ ਜਿਹੜੇ ਕਿ PPR ਨੂੰ ਸਕਸੈਸ ਦੇ ਵਿੱਚ ਬਦਲਣ ਦੇ ਬਾਦਸ਼ਾਹ ਨੇ ਬਹੁਤ ਵੱਡਾ ਸਕਸੈਸ ਰੇਟ ਪਿਨੈਕਲ ਇਮੀਗ੍ਰੇਸ਼ਨ ਦਾ ਔਰ ਖਾਸ ਤੌਰ 'ਤੇ ਤੀਰਥ ਜੀ ਦੀ ਮਿਹਨਤ ਦਾ ਤੀਰਥ ਜੀ ਲਗਾਤਾਰ ਸੰਵੇਦਨਸ਼ੀਲ ਮੁੱਦਿਆਂ 'ਤੇ ਵੀ ਗੱਲ ਕਰਦੇ ਨੇ ਤਾਂ ਕਿ ਸਟੂਡੈਂਟਸ ਨੂੰ ਅਵੇਅਰ ਕੀਤਾ ਜਾ ਸਕੇ ਵਕਤ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਤੀਰਥ ਜੀ ਨੇ ਦੱਸਿਆ ਸੀ ਕਿ ਕਿਵੇਂ ਔਫਰ ਲੈਟਰਸ ਰਿਵੋਕ ਹੋਣ ਦਾ ਖਤਰਾ ਹੋ ਸਕਦਾ ਹੈ ਉਹ ਖਤਰਾ ਹੁਣ ਹੋਰ ਨੇੜੇ ਆ ਗਿਆ ਕਿ ਸੱਚਮੁੱਚ ਔਫਰ ਲੈਟਰਸ ਰਿਵੋਕ ਹੋਣ ਦਾ ਖਤਰਾ ਹੈ ਜਿਹੜਾ ਉਹ ਪੈ ਗਿਆ ਸਟੂਡੈਂਟਸ 'ਤੇ ਕਿ ਸਟੂਡੈਂਟਸ ਡਿਸੀਜ਼ਨ ਕਰ ਲੈਣ ਵੀ ਕੀ ਉਹਨਾਂ ਨੇ ਹੁਣੇ ਡੈਫਰ ਕਰਨੀ ਹੈ ਜਾਂ ਉਹਨਾਂ ਨੇ ਹੋਰ ਇੰਤਜ਼ਾਰ ਕਰਨਾ ਹੈ ਇਹ ਪੂਰੀਆਂ ਸਥਿਤੀਆਂ ਬਹੁਤ ਜ਼ਿਆਦਾ ਸਮਝਣ ਵਾਲੀਆਂ ਬਣ ਜਾਂਦੀਆਂ ਨੇ ਜਦੋਂ IRCC ਟਵੀਟ ਵੀ ਕਰਦਾ ਕਈ ਵੱਖ ਵੱਖ ਮਸਲਿਆਂ 'ਤੇ ਉਹਦੇ ਉੱਪਰ ਵੀ ਕਲੈਰਿਟੀ ਲਵਾਂਗੇ ਔਰ ਜਿਹੜਾ ਇੱਕ ਔਫਰ ਲੈਟਰਸ ਦੇ ਰਿਵੋਕ ਦਾ ਖਤਰਾ ਹੈ ਉਹਦੇ ਉੱਪਰ ਵੀ ਪੂਰੀ ਕਲੈਰਿਟੀ ਲਵਾਂਗੇ ਤੀਰਥ ਸਿੰਘ ਪਿਨੈਕਲ ਸਾਡੇ ਨਾਲ ਮੌਜੂਦ ਨੇ ਤੀਰਥ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਅਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੀਰਥ ਜੀ ਮੈਂ ਚਾਹੂੰਗਾ ਇਹ ਦੋਨੇ ਵਿਸ਼ੇ ਜਿਹੜੇ ਨੇ ਬੜੇ ਸੈਂਸਿਟਿਵ ਨੇ ਸਟੂਡੈਂਟਸ ਨੂੰ ਬਹੁਤ ਬਰੀਕੀ ਦੇ ਨਾਲ ਜ਼ਰੂਰ ਤੁਸੀਂ ਦੱਸੋ ਔਫਰ ਲੈਟਰਸ ਰਿਵੋਕ ਵਾਲਾ ਇਸ਼ੂ ਔਰ ਉਸ ਤੋਂ ਬਾਅਦ ਡੈਫਰ ਵਾਲਾ ਇਸ਼ੂ ਬਿਲਕੁਲ ਸਰ ਬਹੁਤ ਇੰਪੋਰਟੈਂਟ ਇਸ਼ੂ ਆ ਜਿੱਦਾਂ ਤਾਂ ਅਸੀਂ ਹਮੇਸ਼ਾ ਟਰਾਈ ਕਰਦੇ ਕਿ ਇਸ ਮੰਚ ਤੋਂ ਕੋਈ ਵੀ ਬੱਚਾ ਜਦੋਂ ਸਾਡੇ ਨਾਲ ਜੁੜੇ ਅਤੇ ਅਸੀਂ ਉਹਦੇ ਨਾਲ ਜੈਨੂਨ ਅਤੇ ਟਰਾਂਸਪੇਰੈਂਟ ਤਰੀਕੇ ਨਾਲ ਕੋਈ ਵੀ ਅਪਡੇਟ ਹੋਵੇ ਇਨਫੋਰਮੇਸ਼ਨ ਅਸੀਂ ਉਹਨੂੰ ਬੱਚੇ ਨੂੰ ਰਾਹ ਪਾਇਆ ਜਾ ਸਕੇ ਤਾਂ ਕਿ ਬੱਚੇ ਨੂੰ ਕੋਈ ਪ੍ਰੋਬਲਮ ਨਾ ਆ ਸਕੇ ਸੋ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਦਾ ਮੇਨ ਸਵਾਲ ਜਦੋਂ ਵੀ ਅਸੀਂ ਲਾਈਵ ਸ਼ੋਅ 'ਚ ਬੈਠਦੇ ਹਾਂ ਬੱਚੇ ਸਾਡੇ ਤੋਂ ਸਵਾਲ ਪੁੱਛ ਜ਼ਿਆਦਾਤਰ ਸਵਾਲ ਕੀ ਹੁੰਦਾ ਸਰ 19 ਤਰੀਕ ਦੀ ਫਾਈਲ ਹੈਗੀ ਕਦੋਂ ਵੀਜ਼ਾ ਆ ਜਾਊਗਾ ਮੇਰਾ ਵੀਜ਼ਾ ਕਿੱਦਾਂ ਆ ਸਕਦਾ ਬਟ ਅੱਜ ਦੀ ਡੇਟ ਦੇ ਵਿੱਚ ਬੜਾ ਜਿਹੜਾ ਬਹੁਤ ਵੱਡਾ ਸਵਾਲ ਆ ਤੋ ਹਰ ਬੱਚੇ ਨੂੰ ਮੈਂ ਕਹੂੰਗਾ ਅਪਡੇਟ ਹੋ ਜਾਓ ਨੈਗੇਟਿਵ ਨਾ ਹੋਇਓ ਕਿਉਂਕਿ ਸਾਡਾ ਹਮੇਸ਼ਾ ਮੇਨ ਮੋਟਿਵ ਹੁੰਦਾ ਡਲਾ ਜੀ ਨਾਲ ਕਿ ਬੱਚੇ ਨੂੰ ਪੋਜ਼ੀਟਿਵ ਰੱਖੀਏ ਬੱਚੇ ਨੂੰ ਰਾਹ 'ਤੇ ਪਾਏ ਰੱਖਿਆ ਪੋਜ਼ੀਟਿਵ ਰਹਿਣ ਦਾ ਮਤਲਬ ਇਹ ਨਹੀਂ ਬੇਟਾ ਅਸੀਂ ਚੁੱਪ ਕਰਕੇ ਬੈਠਾ ਰਹੇ ਚੰਗਾ ਸੋਚਣਾ ਚੰਗਾ ਸੋਚਣਾ ਤਾਂ ਪੋਜ਼ੀਟਿਵਿਟੀ ਹੈ ਪੋਜ਼ੀਟਿਵ ਰਹਿਣ ਦਾ ਮਤਲਬ ਇਹ ਆ ਸਾਡਾ ਜਦੋਂ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਫੋਕਸਡ ਰਹਿਣ ਜੇ ਕੋਈ ਉਹਨਾਂ ਨੂੰ ਕੋਈ ਸਟੈਪ ਚੱਕਣਾ ਪਏ ਉਹ ਟਾਈਮਲੀ ਚੱਕ ਲੈਣ ਸੋ ਅੱਜ ਦੀ ਡੇਟ ਇੱਕ ਵਾਰੀ ਫਿਰ ਔਫਰ ਲੈਟਰ ਰਿਵੋਕ ਦੱਸ ਵੀ ਦੇਵਾਂ ਕਈ ਪੇਰੈਂਟਸ ਪੁੱਛਦੇ ਸੀ ਅੱਜ ਸਵੇਰੇ ਲਾਈਵ ਸ਼ੋਅ ਸਰ ਰਿਵੋਕ ਕੀ ਹੁੰਦਾ ਰਿਵੋਕ ਮੀਨਸ ਕੈਂਸਲ ਸੋ ਹੁਣ ਬਹੁਤ ਸਾਰੇ ਕਾਲਜਸ ਵੱਲੋਂ ਮੇਲ ਆਉਣੀਆਂ ਸ਼ੁਰੂ ਹੋ ਚੁੱਕੀਆਂ ਬੱਚਿਆਂ ਨੂੰ ਵੱਖ ਵੱਖ ਕਾਲਜਸ ਸੋ ਮੈਂ ਨਾਮ ਵੀ ਲਾ ਦਿੰਦਾ ਬੇਟਾ ਅੱਜ ਕਾਲਜ ਦਾ ਲਾਇਲੈਸ ਕਾਲਜ ਆ ਸੋ ਉਹਨਾਂ ਨੇ ਕਿਹਾ ਕਿ 15 ਨਵੰਬਰ ਤੱਕ ਤੁਸੀਂ ਆਪਣੀ PPR ਜਾਂ ਜਿਹੜਾ ਸਟੈਂਪ ਵੀਜ਼ਾ ਤੁਸੀਂ ਸਾਡੇ ਕੋਲ ਸਬਮਿਟ ਕਰਵਾਓ ਜੇ ਤੁਸੀਂ January 22 ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਨਹੀਂ ਤਾਂ ਉਹ ਤੁਹਾਡੀ ਜਿਹੜੀ ਔਫਰ ਲੈਟਰ ਆ LOA ਹੈਗੀ ਆ ਉਹ ਰਿਵੋਕ ਕਰ ਸਕਦੇ ਆ ਕੈਂਸਲ ਕਰ ਸਕਦੇ ਆ ਡਿਪੈਂਡ ਅਪੋਨ ਦਾ ਅਵੇਲੇਬਿਲਿਟੀ ਆਫ ਦਾ ਇਨਟੇਕ ਕਿ ਜਦੋਂ ਉਹਨਾਂ ਕੋਲ ਇਨਟੇਕ ਛੇਤੀ ਭਰ ਜਾਂਦਾ ਵਾ ਤਾਂ ਉਹ ਔਫਰ ਲੈਟਰ ਕੈਂਸਲ ਵੀ ਕਰ ਸਕਦੇ ਆ ਸੋ ਮੇਨ ਮੈਂ ਤਾਂ ਬੱਚਿਆਂ ਨੂੰ ਕਹੂੰਗਾ ਕਈ ਵਾਰੀ ਬੱਚਿਆਂ ਦੇ ਮਨ 'ਚ ਹੁਣ ਇਸ ਲਈ ਬੜੇ ਤਰੀਕੇ ਦੇ ਸਵਾਲ ਹੋਣ ਕਿ ਕਾਲਜ ਇੱਦਾਂ ਕਿਉਂ ਕਰ ਰਿਹਾ ਕਾਲਜ ਇੱਦਾਂ ਕਿਉਂ ਸਾਡੇ ਲੱਖਾਂ ਰੁਪਇਆ ਗਿਆ ਹੋਇਆ ਜੇ ਸਾਡੀ ਔਫਰ ਲੈਟਰ ਰਿਵੋਕ ਹੋ ਗਈ ਕੀ ਹੋਊਗਾ ਸੋ ਮੈਂ ਕਹੂੰਗਾ ਬੇਟਾ ਡਰਨ ਦੀ ਲੋੜ ਨਹੀਂ ਇਹ ਤਾਂ ਜਿਹੜੀਆਂ ਹੁਣ ਕਹਾਂਗਾ ਨਾ ਕੋਈ ਪ੍ਰੋਬਲਮ ਆਉਂਦੀ ਆ ਸੋ ਪ੍ਰੋਬਲਮ ਜੇ ਆ ਗਈ ਤਾਂ ਹੁਣ ਮੈਂ ਕਹੂੰਗਾ ਸਾਡੇ ਕੋਲ ਹਜੇ ਐਡਵਾਂਸ ਟਾਈਮ ਵੀ ਹੈਗਾ ਸੋ ਆਪਾਂ ਪ੍ਰੋਬਲਮ ਦਾ ਸਲਿਊਸ਼ਨ ਦੇਖੀਏ ਕੀ ਹੈਗਾ ਇਸ ਵੇਲੇ ਸਲਿਊਸ਼ਨ ਕੀ ਹੈਗਾ ਇਕੱਲਾ ਲਾਇਲੈਸ ਕਾਲਜ ਨਹੀਂ ਹੈਗਾ ਨਦਨ ਕਾਲਜ ਨੇ ਵੀ ਆਪਣੀ ਮੇਲ ਪਾਤੀ ਆ ਨਵੰਬਰ ਦੇ ਲਾਸਟ ਵੀਕ ਦੇ ਵਿੱਚ ਤੁਸੀਂ ਆਪਣਾ ਅਨਰੋਲਮੈਂਟ ਵਾਸਤੇ ਰਜਿਸਟਰ ਹੋ ਜਾਓ ਸਬਮਿਟ ਕਰਵਾ ਦਿਓ ਜਿਹੜਾ ਆਪਣਾ ਪਾਸਪੋਰਟ ਸਟੈਂਪਿੰਗ ਹੈਗਾ ਬਾਕੀ ਅੱਜ ਹੁਣ ਮੈਂ ਬੇਟਾ ਮੈਂ ਸਲਿਊਸ਼ਨ ਦੀ ਗੱਲ ਕਰਦਾ ਇਹ ਸਲਿਊਸ਼ਨ ਸਾਰਿਆਂ ਵਾਸਤੇ ਹੈ ਅਤੇ ਹਰ ਬੱਚਾ ਜ਼ਰੂਰ ਇਹ ਚੀਜ਼ ਕਰੇ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕਿ ਹਰ ਬੱਚੇ ਤੱਕ ਪਹੁੰਚੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਕਿਸੇ ਵੀ ਬੱਚੇ ਦਾ ਜੇ ਤੁਹਾਡੀ ਇੱਕ ਸ਼ੇਅਰ ਕਰਨ ਦਾ ਬੈਨੀਫਿਟ ਹੁੰਦਾ ਤਾਂ ਬਹੁਤ ਇੰਪੋਰਟੈਂਟ ਹੈ ਸੋ ਅੱਜ ਆਪਾਂ ਸਲਿਊਸ਼ਨ ਦੀ ਗੱਲ ਕਰਾਂਗੇ ਚਾਹੇ ਕਾਲਜ ਤੁਹਾਡਾ ਪਬਲਿਕ ਆ ਚਾਹੇ ਪ੍ਰਾਈਵੇਟ ਆ ਜਿਹੜਾ ਮਰਜ਼ੀ ਕੋਰਸ ਆ January 22 ਵਾਲੇ ਬੱਚਿਆਂ ਲਈ ਮੈਂ ਗੱਲ ਕਰ ਰਿਹਾ ਕਿ ਆਪਣੇ ਕਾਲਜ ਨੂੰ 3 ਸਵਾਲ ਜ਼ਰੂਰ ਪੁੱਛ ਲਓ ਫਾਰਮਲ ਮੇਲਸ ਦੇ ਵਿੱਚ ਪਾ ਕੇ ਆਪ ਈਮੇਲ ਪਾ ਕੇ ਆਪ ਉਹਦੇ ਕੋਲ ਜਵਾਬ ਰੱਖੋ ਕਿ ਲਾਸਟ ਡੇਟ ਟੂ ਡੈਫਰ ਕੀ ਆ ਲਾਸਟ ਡੇਟ ਟੂ ਅਨਰੋਲ ਕੀ ਆ ਅਤੇ ਜੇਕਰ ਤੁਸੀਂ ਅਨਰੋਲ ਕਰ ਲੈਂਦੇ ਆ ਤੁਹਾਡਾ ਰਿਜ਼ਲਟ ਨਹੀਂ ਆਇਆ ਅਤੇ ਜੇ ਬਾਅਦ ਵਿੱਚ ਰੱਬ ਨਾ ਕਰੇ ਰਿਫਿਊਜ਼ਲ ਆ ਜਾਂਦੀ ਆ ਅਤੇ ਰਿਫੰਡ ਪੋਲਿਸੀ ਕਾਲਜ ਤੁਹਾਡੀ ਕੀ ਹੋਏਗੀ ਸੋ ਕਿਉਂਕਿ ਐਂਡ ਆਫ ਦਾ ਡੇ ਵੀਜ਼ੇ ਦੇ ਨਾਲ ਨਾਲ ਬੇਟਾ ਅਸੀਂ ਤਾਂ ਉਮੀਦ ਕਰਦੇ ਹਰ ਬੱਚੇ ਦਾ ਟਾਈਮਲੀ ਵੀਜ਼ਾ ਆਵੇ ਬਟ ਮੁੱਦਾ ਕੀ ਆ ਪੈਸੇ ਦਾ ਆ ਤੁਹਾਡੀ ਜਿਹੜੀ ਫੀਸ ਗਈ ਆ ਨਾ ਕਾਲਜ ਕੋਲ ਰੱਬ ਨਾ ਕਰੇ ਰਿਫਿਊਜ਼ਲ ਹੁੰਦੀ ਕਾਲਜ ਨੇ ਹੀ ਵਾਪਸ ਕਰਨੀ ਆ ਸੋ ਆਪਾਂ ਗਾਈਡਲਾਈਨਸ ਨੂੰ ਪ੍ਰੋਪਰ ਫੋਲੋ ਕਰਨਾ ਸੋ ਹਮੇਸ਼ਾ ਇਹ ਚੀਜ਼ਾਂ ਨੂੰ ਟਰਮ ਐਂਡ ਕੰਡੀਸ਼ਨਸ ਹੁੰਦੀਆਂ ਡੈਡਲਾਈਨਸ ਹੁੰਦੀਆਂ ਬਿਲਕੁਲ ਵੀ ਮਿਸ ਨਾ ਕਰੋ ਕਿਉਂਕਿ ਇਹ ਡੈਡਲਾਈਨਸ ਦੇ ਆਧਾਰ 'ਤੇ ਰਿਫੰਡ ਪੋਲਿਸੀ ਮੈਟਰ ਕਰਦੀ ਆ ਸੋ ਇਸ ਚੀਜ਼ ਨੂੰ ਲਾਈਟਲੀ ਲੈਣਾ ਚਾਹੇ ਮੈਂ ਕਹਿੰਦਾ ਵਰਬਲੀ ਬਿਲਕੁਲ ਵੀ ਕਿਸੇ ਦੇ ਯਕੀਨ ਨਹੀਂ ਕਰਨਾ ਸੋ ਇਸ ਵੀਡੀਓ 'ਚ ਮੈਂ ਪਿਨੈਕਲ ਵਾਲੇ ਬੱਚਿਆਂ ਨੂੰ ਵੀ ਸੁਨੇਹਾ ਦੇਣਾ ਚਾਹੂੰਗਾ ਕਿ ਬਿਲਕੁਲ ਪੋਜ਼ੀਟਿਵ ਰਹੋ ਇਹ ਸਾਡੀ ਡਿਊਟੀ ਹੈਗੀ ਆ ਜਿਹੜੇ ਵੀ ਬੱਚਿਆਂ ਦੀਆਂ ਪਿਨੈਕਲ ਤੋਂ ਸਰਵਿਸਿਸ ਲਈਆਂ ਹੋਈਆਂ ਸਾਡੀ ਟੀਮ ਪਿਛਲੇ ਕਾਫੀ ਦਿਨਾਂ ਤੋਂ ਇਸੇ ਮੁੱਦੇ 'ਤੇ ਐਫਰਟ ਲੈ ਰਹੀ ਆ ਆਪ ਬੱਚਿਆਂ ਦੀ ਈਮੇਲਸ ਤੋਂ ਪਾ ਕੇ ਜਵਾਬ ਬੱਚਿਆਂ ਦੀ ਈਮੇਲ ਆਈ ਡੀ 'ਤੇ ਲੈ ਰਹੀ ਆ ਸੋ ਬੱਚੇ ਸਾਰੇ ਪੋਜ਼ੀਟਿਵ ਰਹਿਣ ਸੋ ਤੁਸੀਂ ਪਿਨੈਕਲ ਤੋਂ ਸਰਵਿਸਿਸ ਨਹੀਂ ਵੀ ਲਈਆਂ ਸੋ
अपने कंसल्टेंट कह के ज आप ईमेल पा के इनिशिएटिव जरूर ले लो। तो डेडलाइन मेरा भैन भरा कोई मिस ना कर जाए, पेरेंट्स को भी मैं अपील करूँगा तुहाडे बच्चे की डेडलाइन नहीं मिस होनी चाहिए, रिजल्ट जो आना आ जाएगा। बट पैसे का मुद्दा वा, इस डेडलाइनस के आधार पर ही रिफंड पॉलिसी मैटर करेगी। सो वाहिगुरु तो मेरी तो हाथ जोड़ के ही अरदास आ कि हर बच्चे का जिहड़ा रिजल्ट आ पॉजिटिव आवे, टाइमली आवे, ताकि जिहड़े आ मुद्दे जिहड़े अज दे एक्स्ट्रा टेंशन मैं कहूँगा जां बर्डन आ थोड़ा जिहा, जद तक कि बच्चों नूं लग रहा पता नहीं की होगा मेरा जो इनटेक मिस हो गया जां किद्दां वा। बट ये चीज़ बेटा हुण अंबैसी ने IRCC ने भी अपने ट्विटर ते भी ट्वीट भी जिहड़ा कीता, अपडेट भी किया, उन्होंने भी कहता कि असी गारंटी नहीं देंगे किड़ियाँ हूँ फाइल्स लग रही कि 100% इन्हों का January 22 के पहले सेमेस्टर स्टार्ट होने तो पहले असं रिजल्ट दे देंगे। सो मीनस असी अलर्ट हो जाइए, अवेयर हो जाइए, जो साडा एक मेन मोटिव भी हुंदा इसे मंच राही डल्ला जी दे नाल कि बच्चों नूं साफ तौर पर नॉलेज प्रोवाइड करिए कि बच्चे अब इसे शो का नॉलेज का फायदा चक सकन ते अपना बाहर जाण दा सपना जेन्यून ते ट्रांसपेरेंट तरीके नाल पूरा कर सकन। बिल्कुल ठीक है जी, पूरे जिहड़े इशू ने उन्हां दे उत्ते क्लैरिटी आई है, क्लैरिटी आनी बहुत जरूरी है। पर फिर भी अगर किसी स्टूडेंट कोई कन्फ्यूजन है 85578 85578 ते तुसीं संपर्क करो, टैलीफोन करो, वट्सएप करो, अपना नंबर ड्रॉप करो, बिना संग तीरथ जी नूं मिलो, बार बार फोन करके अपॉइंटमेंट बनाओ। अगर फोन नंबर बिजी भी रहिंदे ने तो इंतज़ार करो, क्योंकि हज़ारां सैकड़े टैलीफोन कॉल्स रोज़ आउंदियां ने तीरथ जी नूं अपॉइंटमेंट बनाउण लई, भी लोग स्टूडेंट मिलते हैं और सलाह मशवरे लिए भी मिलते हैं। सो परसनली एक बार तीरथ जी को जरूर मिलो, अपने प्रोफाइल के अकॉर्डिंग डिस्कस करो, पूरी क्लैरिटी लैन तो बाद फिर फैसला करो। सो थैंक यू सो मच तीरथ जी, तुसी वक्त कढ़िया स्टूडियो च आए तो बहुत खास जानकारी स्टूडेंट्स नाल सांझी की, बहुत धन्यवाद।